ਅਸਲਾਮ ਵਾਲੇਕਮ ਦੋਸਤੋ ਮੈਂ ਹਾਂ ਤੁਹਾਡਾ ਵੀਰ ਜ਼ੈਨ ਤੇ ਤੁਸੀਂ ਦੇ ਯੂਟਿਊਬ ਚੈਨਲ ਵੇਲਾ ਪੰਜਾਬੀ ਮੁੰਡਾ ਇਹ ਦੇਖੋ ਸਕੰਦਰ ਸਾਹਿਬ ਮਾਸ਼ਾਅੱਲਾ ਕਿ ਕੰਮਾਂ 'ਤੇ ਜੁੜੇ ਹੋਏ ਆ ਅੱਜ ਮੋਟਰਸਾਰਟ ਸਟਾਰਟ ਨਹੀਂ ਹੋਣ ਦਿਆ ਇਹ ਲੱਗ ਪੁੱਤੇ ਕਿਉਂ ਫੇਰ ਲਾ ਇਹ ਦੇਖੋ ਦੋਸਤੋ ਚੌਕ ਚੱਕਲਾ ਓਕੇ ਗੁੱਡ ਖੰਡਾ ਵਾ ਉਨ੍ਹਾ ਕਰ ਲੈ ਚੌਕ ਨੂੰ ਅਗਲਾ ਟਾਇਰ ਚੱਕ ਕੇ ਸਟਾਡੀਆਂ ਕਦਾਮ ਵੇ ਰੇਡ ਦਾ ਕਰ ਤਾ ਹਾਂ ਹੌਣ ਇਹ ਦੇਖੋ ਸਕੰਦਰ ਸਾਹਿਬ ਦੀਆਂ ਲੱਤਾਂ ਦੇਖ ਲੋ ਗਰੀਨੇ ਮੋਟੀਆਂ ਹੋ ਗਈਆਂ ਕਿੱਕਾ ਮਾਰ ਮਾਰ ਕੇ ਸਕੰਦਰ ਸਾਹਿਬ ਕੀ ਹਾਲ ਆ ਅਲਹਮਦੁਲਿਲਾ ਜੀ ਸਕੰਦਰ ਸਾਹਿਬ ਕਿਧਰ ਦੀ ਤਿਆਰੀ ਹੋਨੇ ਆ ਜੀ ਕੋਈ ਆਂਡੇ ਦੇ ਹਾਲ ਅੱਤੀ ਜੇ ਅਮਸਾਰਾ ਓਏ ਬੰਦ ਹੋ ਜਾਣਾ ਵੇ ਇਹ ਦੇਖੋ ਦੋਸਤੋ ਅੱਪਾ ਆਗੇ ਹੋਏ ਆ ਮਰਬੇ ਤੇ ਇਹ ਤੁਹਾਨੂੰ ਪਿੱਛੇ ਨਜ਼ਰ ਆ ਰਿਹਾ ਹੋਏਗਾ ਕਣਕ ਨੇ ਸਟੇਕ ਕੱਢ ਲਏ ਆ ਹਾਲਾਤ ਆ ਜਿਹੜੀਆਂ ਗੇਤੀਆਂ ਕਣਕਾਂ ਆ ਉਹਨਾਂ ਨੇ ਸਟੇਕ ਕੱਢ ਲਏ ਸਟੇਕ ਕੀ ਸਟੀਆਂ ਗੱਡੀਆਂ ਨੀਂ ਗੀਆਂ ਇਹ ਦੇਖੋ ਉੰਤੋਂ ਦਖਾਵਾਂ ਐਦਾ ਇਹ ਦੇਖੋ ਐ ਸਿੱਟੇ ਕੱਢੇ ਹੋਏ ਕਣਕ ਨੇ ਕੀ ਬਣੂਗਾ ਕੀ ਸੂਰਤ ਹਾਲ ਬਣੂਗੀ ਇਹ ਤੇ ਹਾਲਾਤ ਆ ਇੰਨੀਆਂ ਐਡਵਾਂਸ ਕਰਨ ਕਾ ਬੀਜ ਕੇ ਜਨਾਬ ਸਾਹਿਬ ਇਹਨਾਂ ਨੇ ਸਿੱਟੇ ਕੱਢ ਲਏ ਇਹ ਇਥੇ ਪਗ ਜਣੀਆਂ ਨਿਸਰ ਜਣੀਆਂ ਇਥੇ ਹੀ ਉਹਦਾ ਕੋਈ ਫਾਇਦਾ ਨਹੀਂ ਹੋਣਾ ਦੋਸਤੋ ਇਸ ਕਰਕੇ ਕਹਾਂਗਾ ਕਣਕ ਦਾ ਜਿਹੜਾ ਮੌਸਮ ਹੁੰਦਾ ਨਾ ਉਹਨੂੰ ਉਸ ਟਾਈਮ ਤੇ ਬੀਜਿਆ ਕਰੋ ਤੇ ਉਹਦੇ ਤੁਹਾਡੇ ਵਾਸਤੇ ਬਹੁਤ ਬਿਹਤਰੀ ਆ ਤੇ ਤਾ ਮਮਤ ਸਾਹਿਬ ਨਜ਼ਰ ਨਹੀਂ ਆ ਰਹੇ ਕਿ ਕਿਧਰ ਗਾਇਬ ਹੋ ਗਏ ਓ ਖਲੋਤੇ ਤਾ ਮਮਤ ਸਾਹਿਬ ਓ ਦੇਖ ਓ ਆਲਸੀ ਸਾਹਿਬ ਅਲਹਮਦੁਲਿਲਾਹ ਹੀ ਤੁਹੇ ਸੁਣਾਓ ਤਾਂ ਮਮਨ ਸਾਹਿਬ ਜੋਗਰ ਪਾਏ ਆ ਤੇ ਆ ਰਹੇ ਆ ਇਹਨੂੰ ਇਹ ਹਾਲਾਤ ਆ ਦੋਸਤੋ ਕਣਕਾਂ ਸਿਟੇ ਕੱਟ ਗਈਆਂ ਹੁਣੀ ਜਿੰਨਾਂ ਹੁਣੇ ਕਣਕਾਂ ਨੇ ਸਿਟੇ ਕੱਢ ਲਈ ਇਹਨਾਂ ਨੇ ਤੇ ਇਹਨਾਂ ਦਾ ਕੀ ਬਣੇਗਾ ਅੱਜ ਆ ਪਾਏ ਹੋਏ ਆ ਸਾਗ ਲੈਣ ਅੱਜ ਘਰ ਵਾਲਿਆਂ ਨੇ ਜਨਾਬ ਸਾਹਿਬ ਡੜਾ ਚੜ੍ਹਿਆ ਸੀਗਾ ਕਹਿੰਦੇ ਬੱਚਾ ਸਾਗ ਲੈ ਆ ਕੇ ਦੇ ਇਸ ਕਰਕੇ ਅੱਜ ਸਾਗ ਲੈਣ ਆਏ ਆ ਤਾਂ ਮੁਹੰਮਦ ਨੂੰ ਨਾਲ ਜੋੜਦੇ ਆ ਤਾਂ ਮੁਹੰਮਦ ਸਾਹਿਬ ਤਾਂ ਮੁਹੰਮਦ ਤਾਂ ਮੁਹੰਮਦ ਦਾ ਇਹਦੇ ਇਹਨੂੰ ਪੁੱਛਦੇ ਆ ਕਿ ਹਾ ਅਤਾ ਮੁਹੰਮਦ ਓਏ ਆ ਕਣਹੈ ਨੂੰ ਕੀ ਹੋਇਆ ਵਾ ਹ ਅੱਛਾ ਆ ਦੋਸਤੋ ਕਣਕਾਂ ਦੇ ਹਾਲਾਤ ਇਹਨਾਂ ਨੇ ਸਪ੍ਰਿਆ ਮਾਰ ਮਾਰ ਕੇ ਬੜਾ ਗਰਕ ਕਰ ਲਿਆ ਅਤਾਮਮਹਮ ਤੇਰੀ ਕਣਕ ਕਿਹੜੀ ਆ ਉਧਰ ਪਰੇ ਆ ਤੇ ਆ ਤੇਰੇ ਲਈ ਨੇ ਸਿੱਟੇ ਕੱਢੇ ਹੋਏ ਮਾਸ਼ਾਅੱਲਾ ਕਿਨੇ ਗਿੱਲੇ ਆ ਅਤਲਮ ਦੇ ਅਤਾਮਮਹਮ ਦੇ ਸੱਤਾ ਗਿੱਲੇ ਨੇ ਸਿੱਟੇ ਕੱਢਲੇ ਹੋਏ ਆ ਦੋਸਤੋ ਹੁਣ ਆਪਾਂ ਤੋੜਦੇ ਆਂ ਸਾਗ ਦੱਸਣ ਦਾ ਮਕਸਦ ਇਹੀ ਸੀਗਾ ਕਿ ਕਣਕ ਦਾ ਜਿਹੜਾ ਟਾਈਮ ਹੁੰਦਾ ਨਾ ਉੱਤੇ ਬੀਜਾ ਕਰੋ ਬਹੁਤੀ ਗੇਤੀ ਨਾਲ ਬੀਜਾ ਕਰੋ ਜਨਾਬ ਸਾਹਿਬ ਕਣਕ ਦੀ ਆਸ ਬਹੁਤੀ ਹੋ ਜਾਂਦੀ ਆ ਉਹ ਬਹੁਤੀ ਬਹੁਤੀ ਆਸ ਦੇ ਚੱਕਰਾਂ 'ਚ ਇਹ ਕਣਕਾਂ ਸਿੱਡੇ ਕਰ ਲੈਂਦੀਆਂ ਪਗ ਜਾਂਦੀਆਂ ਉੱਥੇ ਉਸ ਚੀਜ਼ ਦਾ ਫਾਇਦਾ ਕੋਈ ਨਹੀਂ ਇਸ ਕਰਕੇ ਕਹਾਂਗਾ ਕਿ ਬਚੋ ਇਸ ਠੰਡ ਤੋਂ ਬਚੋ ਜਿੰਨਾ ਬਚ ਸਕਦੇ ਹੋ ਬਚੋ ਮੇਰੀ ਇਹੀ ਦੁਆ ਵਾ ਕਿ ਬਚੋ ਸੋ ਪਰੇ ਕੱਲਾ ਰੈਡੀ ਸਿੱਧੀ ਗੰਨੀ ਅੱਤਾਵਾ ਮਤ ਕਹਿੰਦਾ ਕਿ ਬਚੋ ਤੇ ਬਕਵਾਸ ਮਾਰਨ ਨੂੰ ਇਹ ਸ਼ੇਰ ਆ ਤੇ ਛਾਂ ਲੱਭਣ ਨੂੰ ਮਾੜੇ ਕੁੱਤੇ ਤਰ੍ਹਾਂ ਫੇ ਕਣਕ ਦੀ ਛਾਂ ਲੱਭਦਾ ਹੁੰਦਾ ਹੈ ਚਲੋ ਠੀਕ ਆ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਸਾਡੇ ਚੈਨਲ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਓਕੇ ਦੋਸਤੋ ਓ ਵੇਖੋ ਤਾ ਉਹ ਮੈਂ ਨਹੀਂ ਮੁਰਦਾ ਨਵੇਂ ਪਾਲਿਆ ਓਏ ਓਏ ਕੀ ਆ ਠੀਕ ਹੈ ਤਾਮਾ ਨੂੰ ਨਹੀਂ ਚੱਕਾ ਰੌਂਡ ਹੈ ਬੇ ਹਾਂਜੀ ਪੁੱਛ ਇੱਕ ਦੀ ਦੋਸਲਾ ਵਾਲਾ ਹੈ ਮਾਦਨੀਆ ਚੰਗੀ ਬਲਾ ਕੇ ਗੱਲ ਨਹੀਂ ਹੋਣੀ ਠੀਕ ਹੋ ਗਿਆ ਪੁੱਛੋ ਸਲਾਹ ਵਾਲੋਂ ਦਾਵਾ ਬਸ ਸਹੀ ਭਈਏ ਆ ਦੇਖੋ ਦੋਸਤੋ

ਹਰ ਹਰਕਤ ਨਹੀਂ ਕੋਈ ਹਰਕਤ ਨਹੀਂ ਕਰਦਾ ਤੁਹਾਡੀ ਇਹ ਭਾਈ ਜਾਨ ਜੋ ਮਰਦੇ ਕੁੱਤੇ ਲਈ ਬਕਵਾਸ ਮਰਦੇ ਆਹ ਆਲਸੀ ਇਹ ਹੈ ਆਲਸੀ ਸਾਹਿਬ ਇਹ ਆਲਸੀ ਐਡੇ ਵੱਡੇ ਆਲਸੀ ਆ ਤੁਹਾਨੂੰ ਮੈਂ ਕੀ ਦੱਸਾਂ ਇਹ ਮਾਰੇ ਬਿੱਲੇ ਤਰਾ ਫੇਕਣ ਦਾ ਬੂਟਾ ਹੁੰਦਾ ਨਹੀਂ ਜਿੱਥੇ ਉਥੇ ਛਾਂ ਲੱਭਦਾ ਹੁੰਦਾ ਇਹ ਹੁਣ ਬਕਵਾਸ ਮਾਰਦਾ ਹਾ ਹਾ ਭਾਈ ਜਾਨ ਇਸ ਬੰਦੇ ਨੇ ਹੁਣ ਇਸ ਟਾਈਮ ਐਟ ਅ ਟਾਈਮ ਨਾਈ ਨੇ ਇਹਨੂੰ ਕਿਨੇ ਸਾਲ ਹੋ ਗਏ ਤੈਨੂੰ ਬਾਈ ਕਰਦੇ ਆ 11 ਸਾਲ ਇਹਨੂੰ ਇਸ ਟਾਈਮ ਕੋਈ ਆ ਤੀਸਰਾ ਸਾਲ ਨੇ ਚੜਨ ਲੱਗਾ ਵਾ ਇਹਨੇ ਮਾਸ਼ਾਅੱਲਾ 3 ਲੱਖ ਰੁਪਈਆ ਕਰਜ਼ਾ ਦੇਣਾ ਵਾ ਇਹ ਦੇਖੋ ਦੋਸਤੋ ਆਪਾਂ ਬਰਬੇ ਪਹੁੰਚ ਗਏ ਆ ਤੇ ਜਨਾਬ ਸਾਹਿਬ 치ਟੀਆਂ ਦੀ ਰੇੜੀ ਲੱਦ ਲਈ ਆ ਅਜਮਲ ਆ ਗਿਆ ਸੀਗਾ ਅਜਮਲ ਨੂੰ ਕਿਹਾ ਯਾਰ ਕੰਮ ਕਰਵਾ ਤੇ ਅਜਮਲ ਦੀ ਮਿਹਰਬਾਨੀ ਆ ਖੋ ਦੋਸਤੋ ਕੰਮ ਮਰਬਿਆਂ ਜੇ ਇਦਾਂ ਹੀ ਹੁੰਦਾ ਵਾ ਸਦਾ ਇਦਾਂ ਹੀ ਹੁੰਦਾ ਰਹਿਣਾ ਤੇ ਇਸ ਕਰਕੇ ਗਵਾਂਗਾ ਕਿ ਕੰਮ ਕਰਿਆ ਕਰੋ ਕੰਮ ਕਰਨਾ ਸਿਹਤ ਹੁੰਦੀ ਆ ਤੇ ਇੱਕ ਦੂਸਰੇ ਦੀ ਹੈਲਪ ਕਰਨੀ ਚਾਹੀਦੀ ਹੈ ਜ਼ਰੂਰ ਤੇ ਆਪਾਂ ਤਾਂ ਫੇ ਇਦਾਂ ਹੀ ਆ ਰੇੜੀ ਆਪਣੀ ਲੱਦੀ ਚੱਲੀ ਆ ਲੱਦ ਲੁੱਦ ਕੇ ਤੇ ਮੁੜ ਕੇ ਲਾਉਣਾ ਸਾਬਤ ਆ ਇਹਨੂੰ ਬਨਾਂਗੇ ਤੇ ਇੱਕ ਵਾਰੀ ਚੜ ਕੇ ਲਤਾੜਾਂਗੇ ਲਤਾੜ ਕੇ ਤੇ ਫਿਰ ਇਹਨੂੰ ਬਨਾਂਗੇ ਬਨਗੇ ਤੇ ਗੁਲਾਮਾਂ ਦੇ ਹਿਸਾਬ ਕਿਤਾਬ ਜੇ ਹੋਰ ਪੈਣ ਵਾਲੀਆਂ ਹੋਈਆਂ ਤੇ ਹੋਰ ਪਲਾਂਗੇ ਇਧਰ ਫੇਰ ਇਹਨੂੰ ਬਨ ਲਾਂਗੇ ਅਵੀ ਤਾ ਬਹੁਤ ਆ ਕਿ ਹੋਰ ਪੈ ਜਾਣੀਆਂ ਜਿਸ ਤਾਈ ਮੇਰਾ ਦਾਦਾ ਤੇ ਦੋਸਤੋ ਤੁਹਾਡਾ ਦਾਜਾ ਕੀ ਕਹਿੰਦਾ ਮੇਰਾ ਦੰਦਾ ਦਾ ਇਹੀ ਕਹਿੰਦਾ ਅਜਮਲ ਉੱਤੇ ਜਾੜ ਹਾਂ ਹੁਣ ਅਜੀ ਮੈਂ ਚੜੂਗਾ ਉੱਤੇ ਤੇ ਮੋਟਰਸਾਈਕਲ ਨੂੰ ਆਪਾਂ ਫੜ ਲੈਣਾ ਵਾ ਫਜਾਉ ਤੇ ਹਾਂ ਹਾਂ ਬੇਫਿਕਰ ਹੋ ਕੇ ਤੂੰ ਚੜ ਇਹ ਦੇਖੋ ਅਜਮਦ ਲੋ ਤੇ ਚੜ ਗਿਆ ਹੋਇਆ ਤੇ ਆਪਾਂ ਟੰਡ ਲਾਉਨੇ ਆ ਗੱਪਸ਼ਪ ਕਬਰਸਤਾਨ ਦੀ ਸਪਾਈ ਮਾਸ਼ਾਅੱਲਾ ਜ਼ਬਰਦਸਤ ਹੋ ਗਈ ਆ ਬਸ ਕੁਝ ਲੋਕਾਂ ਨੇ ਇਤਰਾਜ਼ ਕੀਤਾ ਸੀਗਾ ਕਿ ਕਬ ਨਾ ਕਿਉਂ ਸਪਾਈ ਕਰਦੇ ਆ ਕਿਉਂ ਕੀ ਕਰਾਂ ਛੰਗਦੇ ਆ ਜਿਸ ਬੰਦੇ ਕੋ ਸਪਾਈ जिस मंदिर को सफाई करवाई आने कहा कि मैं उन्होंने कहा मैं मेरा नाम लैदी तू चलो ठीक है दोस्तों मिलते हैं आप अगली वीडियो ओके जी अल्लाह हाफिज फी मानुल्ला अगले पास बने चलो ठीक है ओके दोस्तों अल्लाह हाफिज मानुला।